ਅਸੀਂ ਖਿਡਾਰੇ ਨੂੰ ਅੱਜ ਉਹ ਆਪਾਂ ਕਰ ਰਹੇ ਹਾਂ ਇੰਡੀਵਿਜੂਅਲ ਜਿਹੜਾ ਹੈ ਸਕਿੱਲ ਵਰਕ ਕਰ ਰਹੇ ਹਾਂ, ਬੋਲ ਮਾਸਟਰੀ ਕਰ ਰਹੇ ਹਾਂ ਜਿਹੜੀਆਂ ਐਕਸਰਸਾਈਜ਼ ਕਰਾਂਗੇ ਸਾਰੀਆਂ ਨੇ। ਜੇ ਤੁਹਾਨੂੰ ਕੁਛ ਨਹੀਂ ਚਾਹੀਦਾ, ਇੱਕ ਬੋਲ ਚਾਹੀਦਾ ਹੈ, ਤੁਸੀਂ ਕਦੇ ਵੀ ਕਿਤੇ ਵੀ ਕਰ ਸਕਦੇ ਹਾਂ, ਕਿਸੇ ਵੀ ਜਗ੍ਹਾ 'ਤੇ ਕਰ ਸਕਦੇ ਹਾਂ, ਥੋੜ੍ਹੀ ਜਗ੍ਹਾ 'ਤੇ ਵੀ ਕਰ ਸਕਦੇ ਹਾਂ। ਜਿਹੜੀ ਐਕਸਰਸਾਈਜ਼ ਕਰ ਰਹੇ ਹਾਂ ਇਹ ਸੋਲ ਦੇ ਨਾਲ ਬੋਲ ਨੂੰ ਰੋਟੇਟ ਕਰਨਾ ਅੰਦਰ ਨੂੰ, ਦੋਨੇ ਪੈਰ ਨਾਲ, ਸੱਜੇ ਪੈਰ ਨਾਲ, ਖੱਬੇ ਪੈਰ ਨਾਲ। ਜਦੋਂ ਇਹ ਐਕਸਰਸਾਈਜ਼ ਹੋਊਗੀ ਉਸ ਤੋਂ ਬਾਅਦ ਹੀ ਅਗਲੀਆਂ ਐਕਸਰਸਾਈਜ਼ ਹੋਣੀਆਂ ਜਿਹੜੀਆਂ, ਤੋਂ ਅਗਲੀਆਂ ਕਰਾਉਣੀਆਂ। ਇਹ ਸੈਕਿੰਡ ਪਾਰਟ ਜਿਹੜਾ ਹੋਣਾ ਹੈ, ਦੇਖੋ ਅੰਦਰ ਨੂੰ ਰੋਟੇਟ ਕਰਨਾ, ਸਲੋ ਮੋਸ਼ਨ ਵੀ ਦੱਸਿਆ ਅਤੇ ਨੋਰਮਲੀ ਦੱਸਿਆ ਤੁਹਾਨੂੰ, ਕੋਈ ਲੋੜ ਨਹੀਂ ਪੈਣ ਕਰਨ ਦੀ, ਆਰਾਮ ਨਾਲ ਸਿੱਖਣ ਦੀ ਲੋੜ ਹੈ, ਕਾਹਲੀ ਨਹੀਂ ਕਰਨੀ ਕਿਸੇ ਐਕਸਰਸਾਈਜ਼, ਬਿਲਕੁਲ ਸਲੋ ਦੇਖ ਕੇ ਆਰਾਮ ਨਾਲ ਕਰਨ ਦੀ ਕੋਸ਼ਿਸ਼ ਕਰੋ। ਵਧੀਆ, ਹੁਣ ਇਹੀ ਐਕਸਰਸਾਈਜ਼ ਪਹਿਲਾਂ ਕੀਤੀ ਸੀ ਉਹੀ ਆ, ਅੱਗੇ ਰੋਟੇਸ਼ਨ ਕਰ ਰਹੇ ਸੀ 15-20 ਵਾਰ ਆਪਾਂ, ਹੁਣ ਸਿੰਗਲ ਰੋਟੇਸ਼ਨ ਕਰਕੇ ਦੂਜੇ ਪੈਰ ਨੂੰ ਬੋਲ, ਸਿੰਗਲ ਰੋਟੇਸ਼ਨ ਕੀਤੀ ਦੂਜੇ ਪੈਰ ਨੂੰ ਬੋਲ, ਇੱਦਾਂ ਹੀ ਦੇਣਾ। ਇਹ ਬੋਲ ਕੰਟਰੋਲ ਲਈ ਸਭ ਤੋਂ ਵਧੀਆ ਚੀਜ਼ਾਂ ਨੇ ਜਿਹੜੀਆਂ ਕਰ ਰਹੇ ਹਾਂ ਆਪਾਂ ਸਾਰੀਆਂ। ਕੋਸ਼ਿਸ਼ ਕਰੋ ਸਾਰਾ ਟੋਸ 'ਤੇ ਹੋ ਜਾਵੇ, ਵਧੀਆ ਗੱਲ ਆ। ਸਿੱਖਣ ਵੇਲੇ ਬਿਲਕੁਲ ਸਲੋ ਕਰੋ, ਜਿੱਦਾਂ ਆਈ ਜਾਂਦੀ ਉੱਦਾਂ ਸਪੀਡ ਬਣਾਓ ਆਪਣੀ। ਫਿਰ ਹੁਣ ਦੋਨਾਂ ਪੈਰਾਂ ਨਾਲ ਕਰ ਰਹੇ ਹਾਂ ਇਹ ਉਹ ਐਕਸਰਸਾਈਜ਼। ਤੀਜੀ ਐਕਸਰਸਾਈਜ਼ ਕਰ ਰਹੇ ਹਾਂ ਆਪਾਂ, ਇਹ ਕਰ ਰਹੇ ਹਾਂ ਸੋਲ ਫੁੱਲ ਇਨ ਸਟੈਪ। ਸੋਲ ਥਰੜਾ ਪੈਰ ਹੁੰਦਾ ਆਪਾਂ ਜਦ ਪੈਰ ਦਾ, ਅਤੇ ਫੁੱਲ ਇਨ ਸਟੈਪ ਹੋ ਜਾਂਦਾ ਜਦ ਤਸਮੇ ਵਾਲੀ ਜਗ੍ਹਾ ਨੂੰ ਕਹਿੰਦੇ ਆਪਾਂ, ਉਹਨੂੰ ਫੁੱਲ ਇਨ ਸਟੈਪ ਕਹਿੰਦੇ ਹਾਂ। ਅਤੇ ਜਿਹੜੀ ਉਹ ਟੋਅ ਆ ਬਿਲਕੁਲ ਥੱਲੇ ਨੂੰ ਫੇਸ ਕਰੇ, ਅਤੇ ਬੋਲ ਤੁਹਾਡੇ ਪੈਰ ਨਾਲ ਚਿਪਕਿਆ ਹੋਵੇ, ਇਸ ਤਰੀਕੇ ਨਾਲ ਚਾਹੀਦਾ ਆ, ਤਾਂ ਹੀ ਬੋਲ ਕੰਟਰੋਲ ਬਣਨਾ ਵਧੀਆ। ਜਦੋਂ ਇਹ ਚੀਜ਼ਾਂ ਹੋਣ ਲੱਗ ਪਈਆਂ ਫਿਰ ਤੋਂ ਬਾਅਦ ਤੁਸੀਂ ਇਹ ਚੀਜ਼ਾਂ ਨੂੰ ਯੂਜ਼ ਕਦੋਂ ਕਰਨਾ, ਉਹਦੇ ਲਈ ਨੈਕਸਟ ਵਰਜ਼ਨ ਆਊਗਾ ਵੀਡੀਓ ਦਾ, ਉਹਦੇ ਲਈ ਅਲੱਗ ਚੀਜ਼ਾਂ ਹੋ ਗਈਆਂ, ਇਹ ਮਿਕਸ ਕਦੋਂ ਕਰਨੀਆਂ, ਗੇਮ 'ਚ ਕਦੋਂ ਯੂਜ਼ ਹੋਣੀਆਂ। ਇਹ ਸੇਮ ਉਹੀ ਐਕਸ ਜਿਹੜੀ ਕਰ ਰਹੇ ਹਾਂ ਸੋਲ ਫੁੱਲ ਸਟੈਪ, ਦੋਨਾਂ ਪੈਰਾਂ ਨਾਲ ਕਰ ਰਹੇ ਹਾਂ, ਇੱਕ ਵਾਰ ਰਾਈਟ ਪੈਰ ਨਾਲ, ਇੱਕ ਵਾਰ ਲੈਫਟ ਪੈਰ ਨਾਲ, ਸੋਲ ਫੁੱਲ ਇਨ ਸਟੈਪ। ਥੋੜ੍ਹੀ ਸਪੀਡ 'ਚ ਨੋਰਮਲ ਅਤੇ ਸਪੀਡ ਦੋਨੇ ਤਰ੍ਹਾਂ, ਸਲੋ ਕਰੋ ਕੋਈ ਨਹੀਂ, ਠੀਕ ਕਰੋ। ਫਿਰ ਇਹ ਸ਼ਫਲਿੰਗ ਹੈ ਪੈਰਾਂ ਵਿੱਚ, ਦੋਨਾਂ ਪੈਰਾਂ ਸ਼ਫਲ ਕਰਨਾ, ਬਾਅਦ ਟੋਸ 'ਤੇ ਕਰਨਾ, ਜਿੰਨਾ ਤੁਸੀਂ ਪਹਿਲਾਂ ਸਲੋ ਕਰ ਸਕਦੇ ਸਲੋ ਕਰੋ, ਕੋਈ ਨਹੀਂ, ਖੜ੍ਹ ਕੇ ਕਰੋ ਚਾਹੇ, ਜਦੋਂ ਆਉਣ ਲੱਗ ਪਿਆ ਫਿਰ ਥੋੜ੍ਹਾ ਸਪੀਡ ਬਣਾਈ ਚਲੋ ਹੌਲੀ ਹੌਲੀ। ਸਿੱਖਣੇ ਪਹਿਲੇ ਬਿਲਕੁਲ ਸਲੋ ਕਰੋ। ਇਹ ਟੋ ਟੈਪਿੰਗ ਆ ਗਈ ਹੈ ਜੀ, ਇਹ ਤੁਸੀਂ ਫਿਟਨੈਸ ਲਈ ਬਹੁਤ ਵਧੀਆ ਚੀਜ਼ ਹੈ, ਇਹ ਫਿਟਨੈਸ ਕਰਨ ਲਈ, ਜੰਪਿੰਗ ਹੋ ਰਹੀ ਹੈ, ਐਕਸਪਲੋਸਿਵ ਇੰਪਰੂਵ ਹੋ ਰਹੀ ਆ, ਇਹ 'ਤੇ ਜੰਪਿੰਗ ਹੋਣੀ ਚਾਹੀਦੀ ਹੈ, ਟੋਸ ਲਾਉਣੀ ਬੋਲ ਦੇ ਉੱਪਰ, ਇਹ ਹੈ ਜੀ ਸੋਲ ਆਊਟਸਾਈਡ ਆਫ ਦਾ ਫੁੱਟ, ਪੈਰ ਦਾ ਬਾਹਰਲਾ ਪਾਸਾ ਉਹਨੂੰ ਕਹਿੰਦੇ ਆਊਟਸਾਈਡ ਦਾ ਫੁੱਟ, ਸੋਲ ਆਊਟਸਾਈਡ ਦਾ ਫੁੱਟ। ਇਹ ਚੀਜ਼ਾਂ ਜਿਹੀਆਂ ਕਰ ਰਹੇ ਹਾਂ ਜਦੋਂ ਹੋਣ ਲੱਗ ਪਈਆਂ, ਤੁਸੀਂ ਗੇਮ 'ਚ ਯੂਜ਼ ਕਰੋਗੇ ਤੁਹਾਨੂੰ ਆਪਣੇ ਪਤਾ ਲੱਗ ਪੈਣਾ ਕਿ ਅਸੀਂ ਕਿੱਦਾਂ ਯੂਜ਼ ਕਰ ਰਹੇ ਹਾਂ, ਤੁਹਾਨੂੰ ਪਤਾ ਨਹੀਂ ਲੱਗਣਾ ਤੁਸੀਂ ਕਿੱਥੇ ਯੂਜ਼ ਕਰੀ ਜਾਣੀ ਆ, ਜਦੋਂ ਤੁਹਾਡੀ ਮਾਸਟਰੀ ਆ ਗਈ ਇਹਨਾਂ 'ਚ, ਜਿਹਦੇ 'ਚ ਸਪੀਡ ਆਉਣ ਲੱਗ ਪਈ। ਸਿੱਖਣ ਲਈ ਸਲੋ ਕਰੋ, ਫਿਰ ਹੌਲੀ ਹੌਲੀ ਫਾਸਟ ਕਰਨ ਦੀ ਕੋਸ਼ਿਸ਼ ਕਰਨੀ ਆ, ਫਿਰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਨੀ ਗਰਾਊਂਡ ਵਿੱਚ, ਕਿਤੇ ਖੇਡਦੇ ਹਾਂ ਸਿੰਗਲ ਸਕਿੱਲੇ ਬੀਟ ਕਰਨ ਬਹੁਤ ਵਧੀਆ, ਅੰਦਰ ਨੂੰ ਖਿੱਚ ਕੇ 16 ਹਟ ਕੇ ਬਾਹਰ ਭੱਜੋ। ਜਿੰਨੀਆਂ ਵੀ ਸਕਿੱਲ ਕਰ ਰਹੇ ਹਾਂ ਇਹ ਸਾਰੇ ਪ੍ਰੋਫੈਸ਼ਨਲ ਪਲੇਅਰ ਕਰਦੇ ਨੇ, ਯੂਜ਼ ਕਰਦੇ ਨੇ, ਤੁਸੀਂ ਆਪਣੇ ਆਪ ਯੂਜ਼ ਕਰਨਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਫਿਰ ਇਹ ਵੀ ਦੇ ਸ਼ਫਲ ਅਤੇ ਰਾਊਂਡ ਕਰਨ, ਲੱਤ ਉੱਤੇ ਦੀ ਅੰਦਰ ਨੂੰ ਰਾਊਂਡ ਸਰਕਲ ਬਣਾਉਣਾ, ਇਹਦਾ ਇੱਕ ਵਾਰ ਸ਼ਫਲ ਕਰਨੀ ਆ, ਫਿਰ ਰਾਊਂਡ ਸ਼ਫਲ, ਫਿਰ ਰਾਊਂਡ ਕਰ ਦੇਣੀ ਲੱਤ, ਸਲੋ ਕਰੋ, ਸਲੋ ਕਰਕੇ ਫਿਰ ਫਾਸਟ 'ਤੇ ਆਓ। ਇਹ ਐਕਸਰਸਾਈਜ਼ ਆ 1-2-3 ਦੇ ਫੋਰਮੈਟ 'ਚ ਕਰ ਸਕਦੇ ਹਾਂ ਇਹ, ਜਦੋਂ ਸੋਲ ਨਾਲ ਪਿੱਛੇ ਨੂੰ ਬੋਲ ਲੈਣਾ 1 ਹੋ ਗਿਆ, ਫਿਰ ਸਾਈਡ ਨੂੰ ਲਿਆਉਣਾ ਪੈਰ ਦੇ 2 ਹੋ ਗਿਆ, ਫਿਰ ਵਾਪਸ ਲੈਣਾ 3 ਹੋ ਗਿਆ, ਫਿਰ ਅੱਗੇ ਨੂੰ ਲੈ ਕੇ ਆਉਣਾ 4 ਹੋ ਗਿਆ, 1-2-3-4, 1-2-3, 1-2-3-4। ਵਨ ਟੂ ਥ੍ਰੀ ਫੋਰ ਦੇ ਫੋਰਮੈਟ 'ਚ ਕਰਨਾ, ਸਲੋ ਕਰੋ ਕੋਈ ਗੱਲ ਨਹੀਂ, ਸਾਈਡ ਦੀ ਦੇਖ ਸਕਦੇ ਹਾਂ ਬੋਲ ਦੇਖਣ ਲਈ, ਆਪਣੀ ਸੱਜੇ ਪਾਸੇ ਦੀ ਦਿੱਖ ਪਾਸੇ ਜਿੱਦਾਂ ਤੁਹਾਨੂੰ ਚੰਗਾ ਠੀਕ ਲੱਗਦਾ ਤੁਹਾਨੂੰ, ਕਿਉਂਕਿ ਜੇ ਐਕਸਰਸਾਈਜ਼ ਹੋ ਗਈ ਤਾਂ ਅਗਲੀ ਐਕਸਰਸਾਈਜ਼ ਵੀ ਇਹਦੇ ਨਾਲ ਰਿਲੇਟਡ ਹੋਣੀ ਹੈ, ਇਹਦੀ ਹੋਣੀ ਆ ਉਹ, ਇਹ ਵੀ ਬਣਾਉਣੀ ਹੈ ਜੀ, ਚਾਹੇ ਮਾਰਕਰ ਰੱਖ ਲਓ, ਸੱਜੇ ਪਾਸੇ ਨੂੰ ਬੋਲ ਸੁੱਟਿਆ, ਖੱਬੇ ਪਾਸੇ ਨੂੰ ਫੜ ਲਿਆ, ਖੱਬੇ ਪਾਸੇ ਖੱਬੇ ਸੱਜੇ ਪਾਸੇ ਨੂੰ ਫੜ ਲਿਆ, ਸੋਲ ਆਊਟਸਾਈਡ ਦਾ ਫੁੱਟ ਵਰਤਣਾ 'ਚ।
इस ये कर रहे हैं सोल इनसाइड सोल आउटसाइड, सोल इनसाइड सोल आउटसाइड, सोल इनसाइड सोल आउटसाइड। सोल आउटसाइड सोल इनसाइड सोल आउटसाइड। स्लो मोशन से मूवमेंट पता लग जाए, स्लो मोशन से सारी वीडियो बनाई पहला कि मूवमेंट कर की रहे हैं, फास्ट कई बार पता नहीं लगता की हो रहा है। ए बी सी डी 1 2 3 4 1 2 3 4 चार टच हो रहे हैं, इस ध्यान रखना। सोलह बच्चे से दूजे पैर फट के शफल किया, सोलह बच्चे से दूजे पैर फट के शफल किया। जी पहला 1 2 3 4 की वो एक्सरसाइज है, तुम्हें कहा कि मैं कि वह प्रॉपर होगी तो ही अगले होगी। इस फोर आप वापस नहीं लगे, दूजे पैर बॉल दे रहे फोर के नाल, 1 2 3 4 दूजे पैर को आ गया 1 2 3 4 फिर शफल फिर दैर उत्तर सिंगल लैग की थी, डबल लैग दोनों पैर हो रही है। ये बेनीफिट्स तुम उदा जाणोगे जो तुम प्रॉपर आ गई हैं, तुम जो ग्राउंड यूज करोगे। ये सोल इनसाइड सोल इनसाइड कोई पैर ना बाजदा हो चिपका हो सोल लगे तो पंद्रह पैर लगे खड़के करो कोई प्रॉब्लम नहीं, जो खड़के हो लग पे थोड़ा टोस दे जाने फिर दोनों पैर हर एक्सरसाइज जिन्नी एक्सरसाइज है घट्टो घट तुम भी बार करो तो तीन तीन सैट लाओ ये घट्टो घट ता ही फायदा करके जिदा आने लग पाती स्पीड बढ़ाने की कोशिश करो थोड़ा टोस दे होकर कोशिश करो। ये जी एक्सरसाइज आप तीन पार्ट बन जाते पैर के फुल स्टैप इनसाइड तो आउटसाइड तिने यूज करने कॉन्टीन्यू तीन बार 1 2 3 कर लो चाहे सोल इनसाइड सोल फुल स्टैप सोल आउटसाइड सोल इनसाइड सोल फुल स्टैप सोल आउटसाइड। जो ये होने लग पी तो नैक्सट जो फिर लवेंगे होर पावे ये एडवांस वर्जन ने होर कुछ पहला ही सीखने की कोशिश करो तो इन प्रॉपर सीखो पहला फिर ही होनी कर एक्सरसाइज ये 15 16 16 ड्रिल स्किल पा रहा मैं जो तो 15 16 होर इदन हो गई एडवांस हो गई पर यह सीखोगे तो ही एडवांस सीखनी है। ये सोल इनसाइड ये बॉल के उपर नचना कह लो तुम सोल इनसाइड दोनों पैर हो रहा वो सिंगल किया सोल इनसाइड आप दोनों पैर इकट्ठा हो रहा इनसाइड गुड बाय थैंक यू सारे।